ਤਾਂ ਦੱਸ ਦਈਏ ਕਿ ਇੱਕ ਮੋਬਾਈਲ ਚੋਰ ਨੂੰ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ, ਜਿੱਥੇ ਇਸ ਵੱਲੋਂ ਇੱਕ ਸ਼ਖਸ ਦਾ ਫੋਨ ਖੋਹਿਆ ਗਿਆ ਸੀ, ਜਿਸ ਤੋਂ ਬਾਅਦ ਇਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੌਕੇ ਤੇ ਇੱਕ ਮਹਿਲਾ ਪੁਲਿਸ ਕਰਮੀ ਖੜੀ ਹੁੰਦੀ ਹੈ ਤੇ ਇਸ ਨੂੰ ਵੇਖ ਕੇ ਉਹ ਇਸ ਦਾ ਪਿੱਛਾ ਕਰਦੀ ਹੈ ਤੇ ਅੱਗੇ ਲੋਕਾਂ ਦੇ ਵੱਲੋਂ ਇਸ ਨੂੰ ਘੇਰ ਲਿਆ ਜਾਂਦਾ, ਜਿਸ ਤੋਂ ਬਾਅਦ ਫੜ ਕੇ ਇਸ ਦੀ ਚੰਗੀ ਤਰੀਕੇ ਦੇ ਨਾਲ ਰੇਲ ਬਣਾਈ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਬਾਈਪਾਸ ਦੇ ਉੱਤੇ ਇੱਕ ਲੁਟੇਰੇ ਨੂੰ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਜੋ ਕਿ ਇੱਕ ਵਿਅਕਤੀ ਦਾ ਫੋਨ ਖੋ ਕੇ ਭੱਜ ਰਿਹਾ ਸੀ। ਤਾਂ ਇਸੇ ਦੌਰਾਨ ਡਿਊਟੀ ਤੇ ਤੈਨਾਤ ਹੁੰਦੀ ਹੈ ਇੱਕ ਪੁਲਿਸ ਕਰਮੀ, ਜਿਸ ਤੋਂ ਬਾਅਦ ਉਹ ਉਸ ਲੁਟੇਰੇ ਦਾ ਪਿੱਛਾ ਕਰਦੀ ਹੈ ਤੇ ਅੱਗੋਂ ਲੋਕਾਂ ਨੇ ਉਸ ਚੋਰ ਨੂੰ ਫੜ ਲਿਆ, ਜਿਸ ਤੋਂ ਬਾਅਦ ਇਸ ਦੀ ਵੀਡੀਓ ਵੀ ਬਣਾਈ ਜਾਂਦੀ ਹੈ। ਤਸਵੀਰਾਂ ਵਿੱਚ ਵਿਖ ਰਿਹਾ ਹੈ ਉਹੀ ਲੁਟੇਰਾ ਜਿਸ ਵੱਲੋਂ ਇੱਕ ਸ਼ਖਸ ਦਾ ਫੋਨ ਖੋਇਆ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਵੱਲੋਂ ਫੜ ਕੇ ਇਸ ਦੀ ਚੰਗੀ ਤਰੀਕੇ ਦੇ ਨਾਲ ਛਿੱਤਰ ਪਰੇਡ ਕੀਤੀ ਗਈ। ਤਾਂ ਪੀੜਿਤ ਸ਼ਖਸ ਨੇ ਦੱਸਿਆ ਕਿ ਉਹ ਤਰਨ ਤਾਰਨ ਦਾ ਰਹਿਣ ਵਾਲਾ ਹੈ ਤੇ ਜਦ ਬਾਈਪਾਸ ਦੇ ਉੱਤੇ ਜਾਮ ਲੱਗਿਆ ਹੋਇਆ ਸੀ, ਇਸ ਕਾਰਨ ਉਸ ਨੂੰ ਉੱਥੇ ਖੜਨਾ ਪੈ ਰਿਹਾ ਸੀ। ਤਾਂ ਇਸੇ ਦੌਰਾਨ ਇੱਕ ਨੌਜਵਾਨ ਆਉਂਦਾ ਤੇ ਉਸਦਾ ਫੋਨ ਖੋ ਕੇ ਭੱਜ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕੀਤਾ ਤੇ ਇਸ ਚੋਰ ਨੂੰ ਕਾਬੂ ਕਰ ਲਿਆ। ਤਾਂ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਇਸ ਚੋਰ ਨੂੰ ਕਾਬੂ ਕਰਕੇ ਚੰਗੀ ਤਰੀਕੇ ਦੇ ਨਾਲ ਛਿੱਤਰ ਪਰੇਡ ਕੀਤੀ ਗਈ ਹੈ। ਇੱਥੇ ਮਤਲਬ ਆਪਾਂ ਟ੍ਰੈਫਿਕ ਘਟਾਉਂਦੇ ਪਏ ਸੀ ਤੇ ਇੱਥੇ ਇੱਕ ਚੋਰ ਆਇਆ ਤੇ ਉਹ ਭਾਜੀ ਦਾ ਫੋਨ ਖੋ ਕੇ ਭੱਜ ਗਿਆ ਤੇ ਫਿਰ ਆਪਾਂ ਮਗਰੋਂ ਜਾ ਕੇ ਉਹਨੂੰ ਫੜਿਆ। ਵੀ ਭੱਜ ਕੇ ਫੜਿਆ ਬੜੀ ਦੂਰ? ਹਾਂਜੀ ਹਾਂਜੀ। ਪੋਲਸੀ ਕਿੱਥੇ ਡਿਊਟੀ ਲਾਈ? ਇਹ ਗੋਲਵਾਲ ਬਾਈਪਾਸ ਤੇ। ਤੁਹਾਡੀ ਟ੍ਰੈਫਿਕ ਕਿ ਡਿਊਟੀ? ਨਹੀਂ ਨਹੀਂ ਪੀਸੀਆਰ ਤੇ। ਜੀ ਆਪਣਾ ਨਾਮ ਸਿਕੰਦਰ ਸਿੰਘ। ਕਿਹੜਾ ਪਿੰਡ ਆ? ਜੇਚਾਤ। ਕਿੱਥੋਂ ਆਉਂਦੇ ਸੀ? ਅਸੀਂ ਤਰਨਤਾਰਨ ਚੱਲੇ ਹਾਂ। ਤੇ ਕੀ ਹੋਇਆ ਕੀ ਆ? ਮੇਰਾ ਮੈਂ ਉੱਥੇ ਖਲੋਤਾ ਬਾਈਪਾਸ ਤੇ ਇੱਥੇ ਕੰਮ ਲੱਗਾ, ਮੇਰੇ ਬੋਤ ਤੋਂ ਕੱਢ ਕੇ ਭੱਜ ਗਿਆ। ਮੋਬਾਈਲ ਕੱਢ ਕੇ ਭੱਜਾ? ਹਾਂਜੀ ਆਵੇ। ਫੜ ਲਿਆ ਚੋਰ? ਹਾਂਜੀ ਆਵੇ ਫੜ ਲਿਆ ਜੀ। ਅੱਛਾ, ਤੇ ਪੁਲਿਸ ਨੇ ਫੜਿਆ ਨਾਲ ਕੇ? ਹਾਂਜੀ ਪੁਲਿਸ ਨੇ ਫੜਿਆ ਜੀ। ਠੀਕ, ਸਾੜ ਸੁੱਟ ਨਹੀਂ ਲੱਗੀ ਕੋਈ? ਇਹਨੇ ਬਚਾਅ ਗਿਆ। ਮੈਂ ਇਹ ਬੰਦਾ ਇੱਥੋਂ ਫੋਨ ਚੋਰੀ ਕਰਕੇ ਭੱਜ ਰਿਹਾ ਸੀਗਾ, ਅਪਰਾਧ ਇਹਨਾਂ ਨੂੰ ਫੜ ਲਿਆ ਇੱਥੋਂ ਹੀ, ਫੜ ਗਿਆ ਭਾਈ ਨੂੰ ਤੇ ਲਿਆ ਫੋਨ ਅਮਨ ਦੇ ਹਵਾਲੇ ਕਰ ਦਿਆ ਫੋਨ ਚੋਰੀ ਕੀਤਾ ਸੀਗਾ। ਨਵੀਂ ਜਿਹੜੀ ਗਾਰਡ ਬਣਾਈ ਹੈ ਕਿੰਨੇ ਦਿਨ ਹੋਏ ਤੁਹਾਨੂੰ? ਤਿੰਨ ਸਰ, ਇਹ ਇੱਕ ਤਰੀਕ ਤੋਂ ਔਨ ਰੋਡ ਹੋ ਗਈ ਡਿਊਟੀ ਆਪਣੀ। ਅੱਛਾ, ਇੱਥੇ ਆਪਣੇ ਤਾਂ ਜ਼ਿਲ੍ਹੇ ਦਸ ਗੱਡੀਆਂ ਲੱਗੀਆਂ ਹਰੇਕ ਰੋਡ ਤੇ। ਮੈਨੂੰ ਪਾ ਲੈਂਦੇ ਹੋ ਯਾਰ, ਇਹੋ ਜਿਹੇ ਹੁਣ ਜਿਹੜੇ ਬੰਦੇ ਫੜਨੇ ਸ਼ੁਰੂ ਕਰਦੇ ਆ, ਇਹ ਰੋਡ ਫੜਨੇ ਜੋ ਗੁਰਦੇ ਕੋਈ ਐਕਸ਼ਨ ਵਗੈਰਾ ਹੋਇਆ ਉਹਦੇ ਵੀ ਪੂਰੀ ਸਹਾਇਤਾ ਕਰਨੀ ਲੋਕਾਂ ਦੀ। ਜਸਵਿੰਦਰ ਸਿੰਘ ਜੀ ਗੱਲ ਬੂਟ ਦੇ ਪਾ ਪੀ ਆਰ ਜੀ ਸੀ ਦਾ ਡਣ ਜਾ ਕੇ ਤੇ ਇਹ ਇੱਥੋਂ ਫੋਨ ਕੋ ਵੀ ਦੱਕੇ ਤਾਂ ਭੱਜਾ ਦੇ ਮਗਰ ਭੱਜਾ ਦੇ ਇੱਥੇ ਜਾ ਕੇ ਬੋਝ ਲਿਆ ਇਹਨੂੰ। ਇਹ ਤਾਂ ਮੋਬਾਈਲ ਖੋ ਕੇ ਭੱਜਾ, ਮੋਬਾਈਲ ਖੋ ਕੇ ਭੱਜਾ। ਨਸ਼ਾ ਨੁਸ਼ਾ ਕੀਤਾ ਨੇ? ਚੱਲ ਨਸ਼ਾ ਨੂੰ ਜਾ ਸੁੱਕਾ ਪੀਤਾਂ ਦਾ ਭਰ ਲਈ ਨਹੀਂ ਲੱਤ ਲੱਗਣ ਦਾ ਵੀ ਤਾਂ ਕਿੰਨੇ ਭਾਜੀ। ਮੈਂ ਤੇ ਪਹਿਲੀ ਵਾਰੀ ਇਹ ਕੰਮ 'ਚ ਫਸਿਆ ਭਾਜੀ, ਨਾ ਮੇਰਾ ਭਾਜੀ ਸੰਦੀਪ ਸਿੰਘ। ਨਸ਼ਾ ਨੁਸ਼ਾ ਕੀਤਾ? ਹਾਂਜੀ ਭਾਜੀ, ਨਸ਼ੇ ਉਹਦਾ ਨਾਲ ਕੰਮ ਗਲਤੀ ਹੋ ਗਈ ਮੇਰੇ ਕੋਲ। ਹਾਂਜੀ ਕਿੱਥੇ? ਉਹਦਾ ਨਾਮ ਸੁਖਵਿੰਦਰ ਸਿੰਘ। ਭਾਜੀ ਆਹ ਬਜੜਿਆਂ ਦਾ ਹੀ। ਨਾਲ ਕੌਣ ਸੀ ਤੇਰੇ? ਨਾਲ ਮੇਰੇ ਕੋਈ ਨਹੀਂ, ਮੈਂ ਇਕੱਲਾ ਹੀ ਭਾਜੀ। ਨਸ਼ੇ 'ਚ ਹੋ ਗਿਆ ਨਹੀਂ, ਤੁਰ ਕੇ ਹੀ ਆ ਭਾਜੀ, ਨਸ਼ੇ 'ਚ ਹੋ ਗਿਆ ਮੇਰੇ ਕੋਈ, ਜੋ ਵੀ ਹੋ ਗਿਆ ਭਾਜੀ। ਤਾਂ ਦੱਸ ਦਈਏ ਕਿ ਇੱਕ ਮੋਬਾਈਲ ਚੋਰ ਨੂੰ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ, ਜਿੱਥੇ ਇਸ ਵੱਲੋਂ ਇੱਕ ਸ਼ਖਸ ਦਾ ਫੋਨ ਖੋਇਆ ਗਿਆ ਸੀ, ਜਿਸ ਤੋਂ ਬਾਅਦ ਇਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੌਕੇ ਤੇ ਇੱਕ ਮਹਿਲਾ ਪੁਲਿਸ ਕਰਮੀ ਖੜੀ ਹੁੰਦੀ ਹੈ ਤੇ ਇਸ ਨੂੰ ਵੇਖ ਕੇ ਉਹ ਇਸ ਦਾ ਪਿੱਛਾ ਕਰਦੀ ਹੈ ਤੇ ਅੱਗੇ ਲੋਕਾਂ ਦੇ ਵੱਲੋਂ ਇਸ ਨੂੰ ਘੇਰ ਲਿਆ ਜਾਂਦਾ, ਜਿਸ ਤੋਂ ਬਾਅਦ ਫੜ ਕੇ ਇਸ ਦੀ ਚੰਗੀ ਤਰੀਕੇ ਦੇ ਨਾਲ ਰੇਲ ਬਣਾਈ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਬਾਈਪਾਸ ਦੇ ਉੱਤੇ ਇੱਕ ਲੁਟੇਰੇ ਨੂੰ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਜੋ ਕਿ ਇੱਕ ਵਿਅਕਤੀ ਦਾ ਫੋਨ ਖੋ ਕੇ ਭੱਜ ਰਿਹਾ ਸੀ। ਤਾਂ ਇਸੇ ਦੌਰਾਨ ਡਿਊਟੀ ਤੇ ਤੈਨਾਤ ਹੁੰਦੀ ਹੈ ਇੱਕ ਪੁਲਿਸ ਕਰਮੀ, ਜਿਸ ਤੋਂ ਬਾਅਦ ਉਹ ਉਸ ਲੁਟੇਰੇ ਦਾ ਪਿੱਛਾ ਕਰਦੀ ਹੈ ਤੇ ਅੱਗੋਂ ਲੋਕਾਂ ਨੇ ਉਸ ਚੋਰ ਨੂੰ ਫੜ ਲਿਆ, ਜਿਸ ਤੋਂ ਬਾਅਦ ਇਸ ਦੀ ਵੀਡੀਓ ਵੀ ਬਣਾਈ ਜਾਂਦੀ ਹੈ। ਤਸਵੀਰਾਂ ਵਿੱਚ ਵਿਖ ਰਿਹਾ ਹੈ ਉਹੀ ਲੁਟੇਰਾ ਜਿਸ ਵੱਲੋਂ ਇੱਕ ਸ਼ਖਸ ਦਾ ਫੋਨ ਖੋਇਆ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਵੱਲੋਂ ਫੜ ਕੇ ਇਸ ਦੀ ਚੰਗੀ ਤਰੀਕੇ ਦੇ ਨਾਲ ਛਿੱਤਰ ਪਰੇਡ ਕੀਤੀ ਗਈ। ਤਾਂ ਪੀੜਿਤ ਸ਼ਖਸ ਨੇ ਦੱਸਿਆ ਕਿ ਉਹ ਤਰਨ ਤਾਰਨ ਦਾ ਰਹਿਣ ਵਾਲਾ ਹੈ ਤੇ ਜਦ ਬਾਈਪਾਸ ਦੇ ਉੱਤੇ ਜਾਮ ਲੱਗਿਆ ਹੋਇਆ ਸੀ, ਇਸ ਕਾਰਨ ਉਸ ਨੂੰ ਉੱਥੇ ਖੜਨਾ ਪੈ ਰਿਹਾ ਸੀ। ਤਾਂ ਇਸੇ ਦੌਰਾਨ ਇੱਕ ਨੌਜਵਾਨ ਆਉਂਦਾ ਤੇ ਉਸਦਾ ਫੋਨ ਖੋ ਕੇ ਭੱਜ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕੀਤਾ।
ਕੀਤਾ ਤੇ ਇਸ ਚੋਰ ਨੂੰ ਕਾਬੂ ਕਰ ਲਿਆ। ਤਾਂ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਇਸ ਚੋਰ ਨੂੰ ਕਾਬੂ ਕਰਕੇ ਚੰਗੀ ਤਰੀਕੇ ਦੇ ਨਾਲ ਛਿੱਤਰ ਪਰੇਡ ਕੀਤੀ ਗਈ ਹੈ। ਇੱਥੇ ਮਤਲਬ ਆਪਾਂ ਟ੍ਰੈਫਿਕ ਘਟਾਉਂਦੇ ਪਏ ਸੀ ਤੇ ਇੱਥੇ ਇੱਕ ਚੋਰ ਆਇਆ ਤੇ ਉਹ ਭਾਜੀ ਦਾ ਫੋਨ ਖੋ ਕੇ ਭੱਜ ਗਿਆ ਤੇ ਫਿਰ ਆਪਾਂ ਮਗਰੋਂ ਜਾ ਕੇ ਉਹਨੂੰ ਫੜਿਆ। ਭੱਜ ਕੇ ਫੜਿਆ ਬੜੀ ਦੂਰ। ਹਾਂਜੀ ਹਾਂਜੀ ਕਿੱਥੇ ਡਿਊਟੀ ਲਾਈ? ਮੈਂ ਇਹ ਬੰਦਾ ਇੱਥੋਂ ਫੋਨ ਚੋਰੀ ਕਰਕੇ ਭੱਜ ਰਿਹਾ ਸੀਗਾ, ਅਬਰ ਆਜ ਇਹਨੂੰ ਫੜ ਲਿਆ ਇੱਥੋਂ ਹੀ, ਫੜ ਗਿਆ ਭਾਈ ਇਹਨੂੰ ਤੇ ਲੈ ਫੋਨ ਅਮਨ ਦੇ ਹਵਾਲੇ ਕਰ ਦਿੰਦਾ, ਫੋਨ ਚੋਰੀ ਕੀਤਾ ਸੀਗਾ। ਨਵੀਂ ਜਿਹੜੀ ਗਾਰਡ ਬਣਾਈ ਹੈ ਕਿੰਨੇ ਦਿਨ ਹੋਏ ਤੁਹਾਨੂੰ? ਸਰ ਇਹ ਇੱਕ ਤਰੀਕ ਤੋਂ ਔਨ ਰੋਡ ਹੋ ਜਾਏ ਡਿਊਟੀ ਆਪਣੀ। ਅੱਛਾ, ਇੱਥੇ ਆਪਣੇ ਤਾਂ ਜ਼ਿਲ੍ਹੇ ਦੇ ਦਸ ਗੱਡੀਆਂ ਲੱਗੀਆਂ ਹਰੇਕ ਰੋਡ ਤੇ, ਮੈਨੂੰ ਪਾ ਲੈਂਦੇ ਹੋ ਯਾਰ ਇਹੋ ਜਿਹੇ ਹੁਣ ਜਿਹੜੇ ਬੰਦੇ ਫੜਨੇ ਸ਼ੁਰੂ ਕਰਦੇ ਆਹ ਰੋਡ ਫੜਨੇ ਸ਼ੁਰੂ ਕਰਦੇ ਹੋ, ਐਕਸ਼ਨ ਵਗੈਰਾ ਉਹਦੇ ਵੀ ਪੂਰੀ ਸਿਆਦਾ ਕਰਨੀ ਲੋਕਾਂ ਦੀ। ਜਸਵਿੰਦਰ ਸਿੰਘ ਜੀ ਗੱਲ ਹੈ, ਬੂਟ ਦੇ ਪਾ ਲੈ ਪੀਆਰਡੀਸੀ ਦਾ ਡਣ ਜਾ ਕੇ ਇੱਥੇ ਇਹ ਇੱਥੋਂ ਗੂਗਲ ਕੋ ਵੀ ਦੱਸੇ ਤਾਂ ਭੱਜਾ ਦੇ ਮਗਰ ਭੱਜਾ ਦੇ ਇੱਥੇ ਜਾ ਕੇ ਬੋਝ ਲਿਆ ਇਹਨੂੰ। ਅੱਛਾ, ਇਹ ਤਾਂ ਮੋਬਾਈਲ ਖੋ ਕੇ ਭੱਜਾ, ਮੋਬਾਈਲ ਖੋ ਕੇ ਭੱਜਾ ਜੀ। ਨਸ਼ਾ ਨੁਸ਼ਾ ਕੀਤਾ ਨੇ? ਚਲਾ ਨਸ਼ਾ ਨੁਸ਼ਾ ਸੁੱਕਾ ਪੀਤਾ ਦਾ ਭੰਨ ਵੀ ਨਹੀਂ ਲੱਤ ਲੱਗਣ ਦਾ ਵੀ ਤਾਂ ਕਿੰਨੇ ਭਾਜੀ। ਮੈਂ ਤੇ ਪਹਿਲੀ ਵਾਰੀ ਇਹ ਕੰਮ 'ਚ ਫਸਿਆ ਭਾਜੀ, ਨਾ ਮੇਰਾ ਭਾਜੀ ਸੰਦੀਪ ਸਿੰਘ। ਨਸ਼ਾ ਨੁਸ਼ਾ ਕੀਤਾ? ਹਾਂਜੀ ਭਾਜੀ, ਨਸ਼ੇ ਉਹਦਾ ਨਾਲ ਕੰਮ ਗਲਤੀ ਹੋ ਗਈ ਮੇਰੇ ਕੋਲ। ਹਾਂਜੀ, ਉਹਦਾ ਨਾਂ ਸੁਖਵਿੰਦਰ ਸਿੰਘ ਭਾਜੀ, ਆਹ ਬਜੜਿਆਂ ਦਾ ਹੀ। ਨਾਲ ਕੌਣ ਸੀ ਤੇਰੇ? ਨਾਲ ਮੇਰੇ ਕੋਈ ਨੀ, ਮੈਂ ਇਕੱਲਾ ਹੀ ਭਾਜੀ। ਨਸ਼ੇ 'ਚ ਨਹੀਂ ਤੁਰ ਕੇ ਹੀ ਆ ਭਾਜੀ, ਨਸ਼ੇ 'ਚ ਹੋ ਗਿਆ ਮੇਰੇ ਕੋਲ ਜੋ ਵੀ ਹੋ ਗਿਆ ਭਾਜੀ। ਗਾਂਡ